ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ 26000 ਪਲੱਸ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਆਊਟ ਕਰ ਦਿੱਤਾ ਗਿਆ ਹੈ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਮੈਂ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੀ ਰਹੇਗੀ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿੰਨੀਆਂ ਵੀ ਲੇਟੈਸਟ ਵੈਕੈਂਸੀਜ਼ ਹੁੰਦੀਆਂ ਨੇ ਮੈਂ ਤੁਹਾਡੇ ਲਈ ਲੈ ਕੇ ਆਂਦਾ ਹੀ ਰਹਿਣਾ ਸੋ ਤੁਸੀਂ ਸਾਡੀ ਵੈਬਸਾਈਟ ਤੋਂ ਵੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਕਿੱਦਾਂ ਅਪਲਾਈ ਕਰਨਾ ਹੈ ਉਹ ਵੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਅੱਗੇ ਦੇਣ ਵਾਲਾ ਹਾਂ ਜੀ ਤੇ ਨਾਲ ਦੀ ਨਾਲ ਇੱਕ ਚੀਜ਼ ਹੋਰ ਤੁਸੀਂ ਧਿਆਨ ਰੱਖਣੀ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ ਜੀ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸੋ ਇਹ ਜਿਹੜਾ ਨੋਟੀਫਿਕੇਸ਼ਨ ਹੈ ਜੀ ਉਹ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ ਇਦੇ ਵਿੱਚ 올 ਇੰਡੀਆ ਮੇਲ ਫੀਮੇਲ ਦੋਨੋਂ ਇਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤੁਸੀਂ ਤੁਹਾਡੇ ਲਈ ਸੈਲਰੀ ਜਿਹੜੀ ਹੈ 21700 ਤੋਂ ਲੈ ਕੇ 69100 ਜਿਹੜੀ ਹੈ ਉਹ ਰਹੇਗੀ ਤੇ ਇੱਚ ਮੇਲ ਤੇ ਫੀਮੇਲ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਔਰ ਸਭ ਤੋਂ ਵਧੀਆ ਗੱਲ ਇਹ ਹੈ 10ਵੀਂ ਪਾਸ ਲਈ ਇਹ ਓਪਰਚ्युनिटी ਹੈਗੀ ਹੈ ਇਸ ਦੇ ਵਿੱਚ ਕਨਸਟੇਬਲ ਜੀਡੀ ਦੀਆਂ SSC ਕਨਸਟੇਬਲ ਜੀਡੀ ਮਤਲਬ ਜਨਰਲ ਡਿਊਟੀ ਦੀਆਂ ਜਿਹੜੀਆਂ ਨੇ 26146 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਤੇ ਪੰਜਾਬ ਦੇ ਕੈਂਡੀਡੇਟ ਇਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇੱਚ ਡਿਪਾਰਟਮੈਂਟਾਂ ਦੀ ਗੱਲ ਤਾ ਇਹ ਚ ਬੀਐਸਐਫ ਡਿਪਾਰਟਮੈਂਟ ਹੁੰਦਾ ਹੈ ਜਿਹਦੇ ਲਈ ਹਾਇਰਿੰਗ ਹੁੰਦੀ ਹੈ ਜੀ ਐਸਐਸਬੀ ਸੀਮਾ ਸੁਰੱਖਿਆ ਬਲ ਦੇ ਵਿੱਚ ਸੀਆਈਐਸਐਫ ਦੇ ਵਿੱਚ ਸੈਂਟਰਲ ਇੰਡਸਟਰੀਅਲ ਦੇ ਵਿੱਚ ਉਸ ਤੋਂ ਬਾਅਦ ਐਨਸੀਪੀ ਦੇ ਵਿੱਚ ਹੁੰਦੀ ਹੈ ਜੀ ਰਾਈਫਲਮੈਨ ਜੀਡੀ ਅਸਾਮ ਰਾਈਫਲ ਦੇ ਵਿੱਚ ਵੈਕੈਂਸੀਸ ਹੁੰਦੀ ਹੈ ਆਰਟੀਬੀਪੀ ਦੇ ਵਿੱਚ ਇਹ ਵੈਕੈਂਸੀਸ ਜਿਹੜੀਆਂ ਨੇ ਉਹ ਰਹਿੰਦੀਆਂ ਨੇ ਤੇ ਇਹਦੇ ਵਿੱਚ ਮੇਲ ਤੇ ਫੀਮੇਲ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਜੀ ਔਰ ਇਸ ਦੇ ਵਿੱਚ 10ਥ ਸਿਰਫ ਤੁਹਾਡੀ 10ਥ ਪਾਸ ਹੈ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸਭ ਤੋਂ ਮੇਨ ਚੀਜ਼ ਹੈ ਕੋਈ ਐਕਸਪੀਰੀਅੰਸ ਹੈ ਕਿਸੇ ਤਰ੍ਹਾਂ ਦੀ ਪ੍ਰੀਅਰ ਤੁਹਾਡੀ ਜੌਬ ਜਿਹ ਜੰਦੀ ਇਸ ਦੇ ਵਿੱਚ ਇਸ ਦੇ ਵਿੱਚ ਰਿਟਨ ਐਗਜ਼ਾਮ ਹੋਏਗਾ ਸਭ ਤੋਂ ਪਹਿਲਾਂ ਤੁਹਾਡਾ ਜੀ ਜੋ ਕਿ ਹਰਵਰ ਦੀ ਤਰ੍ਹਾਂ ਹੁੰਦਾ ਹੈ ਅਗੇ ਮੈਂ ਤੁਹਾਨੂੰ ਸਿਲੇਬਸ ਵੀ ਦੱਸਾਂਗਾ ਤਨ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੁੰਦਾ ਹੈ ਫਿਜ਼ੀਕਲ ਸਟੈਂਡਰਡ ਟੈਸਟ ਹੁੰਦਾ ਹੈ ਮੈਡੀਕਲ ਤੇ ਲਾਸਟ ਵਿੱਚ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਹੋ ਰਵੇਗੀ ਇਸ ਦੇ ਵਿੱਚ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਸੈਲਰੀ ਮੈਂ ਆਲਰੇਡੀ ਦੱਸ ਚੁੱਕੇ ਹਾਂ ਜੀ ਇਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ 90 ਮਿੰਟ ਦਾ ਜਿਹੜਾ ਹੈ ਜੀ ਉਹ ਰਵੇਗਾ ਜਿਸ ਦੇ ਵਿੱਚ ਜਨਰਲ ਇੰਟੈਲੀਜੈਂਸ ਦੇ 25 ਕੁਐਸਚਨ 25 ਮਾਰਕਸ ਦੇ ਰੀਜ਼ਨਿੰਗ ਦੇ 25 ਕੁਐਸਚਨ 25 ਕੁਐਸ਼ਨ 25 ਮਾਰਕਸ ਦੇ ਇੰਗਲਿਸ਼ ਹਿੰਦੀ ਦੇ 25 ਕੁਐਸ਼ਨ 25 ਮਾਰਕਸ ਦੇ ਟੋਟਲ ਕੁਐਸ਼ਨ ਜਿਹੜੇ ਨੇ ਉਹ ਤੁਹਾਡੇ 100 ਕੁਐਸ਼ਨ 100 ਮਾਰਕਸ ਦੇ ਰਹਿਣ ਵਾਲੇ ਨੇ ਜੀ ਇਸ ਦੇ ਵਿੱਚ ਤੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਹੜੀ ਰਿਕੁਆਇਰਮੈਂਟ ਤੁਹਾਡੀ ਹਾਈਟ ਦੀ ਤੇ ਫੀਮੇਲ ਦੀ ਦੋਨਾਂ ਦੀ ਅਲੱਗ-ਅਲੱਗ ਹੈ ਤੇ ਰਿਜ਼ਰਵ ਅਤੇ ਅਨਰਿਜ਼ਰਵ ਦੀ ਲਈ ਅਲੱਗ-ਅਲੱਗ ਰਹੇਗੀ ਸੋ ਇਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਡਿਟੇਲ ਸਾਰੀਆਂ ਜਿਹੜੀਆਂ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਔਰ ਇਸ ਦੇ ਵਿੱਚ 100 ਰੁਪੀਸ ਜਿਹੜਾ ਹੈ ਮੇਲ ਕੈਂਡੀਡੇਟ ਜਿਹੜੇ ਨੇ ਜਨਰਲ OBC ਦੇ ਉਹਨਾਂ ਨੇ ਪੇ ਕਰਨਾ ਐ SC ST ਅਦਰ ਤੇ ਫੀਮੇਲ ਕੈਂਡੀਡੇਟ ਨੂੰ ਕੋਈ ਪੈਸਾ ਕਿਤੇ ਵੀ ਜਿਹੜਾ ਉਹ ਪੇ ਨਹੀਂ ਕਰਨਾ ਹੋਵੇਗਾ ਔਰ ਇਸ ਦੇ ਵਿੱਚ 18 ਤੋਂ ਲੈ ਕੇ 23 ਤੇ 18 ਤੋਂ ਲੈ ਕੇ 25 ਸਾਲ ਤੱਕ ਦੇ ਕੈਂਡੀਡੇਟ ਨੇ ਓਲਿਜੀਬਲ ਨੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਇਸ ਦੇ ਵਿੱਚ ਇਹਦੇ ਲਈ ਆਲਰੇਡੀ ਅਪਲਾਈ ਕਰਨਾ 24 ਤਰੀਕ ਤੋਂ ਸਟਾਰਟ ਹੋ ਚੁੱਕੇ ਹੈ ਜੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਚੈੱਕ ਕਰਕੇ ਜ਼ਰੂਰ ਅਪਲਾਈ ਕਰਿਓ ਜਿੱਦਾਂ ਤੁਸੀਂ ਨਾਮ ਰਜਿਸਟ੍ਰੇਸ਼ਨ ਕਰਦੇ ਹੋ پیਡਪੀਐਸਬੀ ਦੀ ਵੈਬਸਾਈਟ ਤੇ ਜਾ ਕੇ ਉਦਾਂ ਹੀ ਤੁਸੀਂ SSC ਦੀ ਨਾ ਮੋਬਾਈਲ ਨੰਬਰ ਪਲੱਸ ਈਮੇਲ ਆਈਡੀ ਪਰ ਕੇ ਰਜਿਸਟਰ ਕਰਨਾ ਦੈਨ ਆਪਣੇ ਡਾਕੂਮੈਂਟ ਦੀ ਸਕੈਨਡ ਕਾਪੀ ਅਪਲੋਡ ਕਰਨੀ ਹੈ ਨੇ ਆਨਲਾਈਨ ਫਾਰਮ ਨੂੰ ਭਰਨਾ ਹੈ ਤੇ ਫੀ ਪੇ ਕਰਕੇ ਸਬਮਿਟ ਕਰ ਦੇਣਾ ਹੈ ਸਿਰਫ ਇੰਨਾ ਹੀ ਹੈ ਉਹ ਲਾਸਟ ਸੇ ਪ੍ਰਿੰਟ ਆਊਟ ਆਪਣੇ ਫਾਰਮ ਦਾ ਜ਼ਰੂਰ ਲੈ ਲੈਣਾ ਹੈ ਸੋ ਇਹਦੇ ਲਈ ਤੁਸੀਂ ਅਪਲਾਈ ਇਦਾਂ ਕਰਨਾ ਹੋਵੇਗਾ ਫਿਰ ਵੀ ਕੋਈ ਦਿੱਕਤ ਆਈਗੀ ਤਾਂ ਕਮੈਂਟ ਬਾਕਸ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਲਿੰਕ ਪੋਸਟ ਦਾ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਜੀ ਨੋਟੀਫਿਕੇਸ਼ਨ ਸਿੱਧਾ ਡਾਇਰੈਕਟੋਰ ਤੋਂ ਡਾਊਨਲੋਡ ਹੋ ਜਾਏਗਾ ਜਾ ਕੇ ਜ਼ਰੂਰ ਚੈੱਕ ਕਰਿਓ ਮਿਲਾਂਗਾ ਜੀ ਨਵੇਂ